ਅਜ਼ੀਜ਼ ਸਾਥੀਓ ਅਸਲਾਮ ਅਲੈਕਮ। ਤੁਸੀਂ ਪਾਕਿਸਤਾਨ ਵਿੱਚ ਸਬਜ਼ੀ ਫਰੂਟ ਖਾਂਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਦੱਸੀਏ ਵੀ ਲੰਡਨ ਵਿੱਚ ਸਾਨੂੰ ਕਿਸ ਮਿਆਰ ਦੀਆਂ ਚੀਜ਼ਾਂ ਮਿਲ ਰਹੀਆਂ। ਤਾਂ ਇਹ ਦੇਖੋ ਜਨਾਬ, ਤੁਸੀਂ ਇਹ ਦੇਖ ਲਓ, ਇਹ ਅਨਾਰ ਨੇ ਜਨਾਬ। ਹੁਣ ਚੀਜ਼ਾਂ ਤਾਂ ਸਾਰੀਆਂ ਤੁਹਾਨੂੰ ਪਤਾ, ਇਹਨਾਂ ਦਾ ਸਟੈਂਡਰਡ ਦੇਖੋ ਕਿ ਆਪਣੇ ਮੁਲਕ ਦਾ ਇਹ ਜਿਹੜੇ ਹੁਕਮਰਾਨ ਹਨ ਸਾਡੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਕਿਸ ਕਿਸ ਹਿਸਾਬ 'ਤੇ ਇੱਥੇ ਆ ਰਹੀਆਂ ਨੇ ਔਰ ਕਿਸ ਤਰ੍ਹਾਂ ਇਹ ਡਿਸਪਲੇ ਹੋਈਆਂ ਨੇ। ਕੋਈ ਦੁਨੀਆ ਦੀ ਐਸੀ ਚੀਜ਼ ਨਹੀਂ ਜਿਹੜੀ, ਕਿਉਂਕਿ ਮਲਟੀਨੈਸ਼ਨਲ ਕੰਟਰੀ ਹੈ, ਅਤੇ ਇਹ ਦੇਖੋ ਤੁਹਾਨੂੰ ਪੂਰੀ ਦੁਨੀਆ ਦੇ ਫਰੂਟ ਔਰ ਸਬਜ਼ੀ ਜਿਹੜੀ ਹੈ ਨਾ ਇੱਥੇ ਨਜ਼ਰ ਆਵੇਗੀ ਔਰ ਜਿਸ ਖੂਬਸੂਰਤੀ ਨਾਲ ਇਹ ਡਿਸਪਲੇ ਕੀਤੀ ਗਈ ਹੈ, ਇਹ ਦੇਖੋ ਇਸ ਖੂਬਸੂਰਤੀ ਨਾਲ ਤੁਹਾਨੂੰ ਜਿਹੜੀ ਹੈ ਇਹ ਪਾਕਿਸਤਾਨ ਵਿੱਚ ਅਵੇਲੇਬਲ ਨਹੀਂ ਹੈ। ਕਿਉਂ ਕਿ ਤੁਹਾਨੂੰ ਪਤਾ ਹੈ ਇਸ ਚੀਜ਼ ਦਾ ਵੀ ਜਿਤਨਾ ਵੀ ਅਲੱਗ ਕਿਸਮ ਦਾ ਮਾਲ ਹੈ ਉਹ ਇੱਥੇ ਭੇਜ ਦਿੱਤਾ ਜਾਂਦਾ, ਠੀਕ ਹੈ, ਅਤੇ ਸਾਨੂੰ ਜਿਹੜਾ ਉੱਥੇ ਇਹਨਾਂ ਨੇ ਛੋੜ ਦਿੱਤਾ ਹੈ, ਇਹ ਤੁਸੀਂ ਹੁਣ ਖੁਦ ਹੀ ਫੈਸਲਾ ਕਰ ਸਕਦੇ ਹੋ। ਇਹ ਦੇਖੋ, ਇਹ ਸਿਰਫ ਤੁਹਾਡੀ ਅਵੇਅਰਨੈਸ ਵਾਸਤੇ ਅੱਜ ਮੈਂ ਵੀਡੀਓ ਬਣਾ ਰਿਹਾ। ਮੂਲੀਆਂ ਦਾ ਸਟੈਂਡਰਡ ਦੇਖੋ, ਇਹ ਦੇਖੋ, ਇਹ ਦੇਖੋ, ਇਹ ਕਿਊਕਮਰ ਪਿੱਛੇ ਤਰ੍ਹਾਂ ਗਾਜਰਾਂ, ਠੀਕ ਹੈ, ਟਮਾਟਰ, ਇਹ ਦੂਸਰੇ ਪਾਸੇ ਆ ਜਾਓ ਤੁਹਾਨੂੰ ਫਰੂਟ ਨਾਲ, ਇਹ ਦੇਖੋ ਕੀਵੀ, ਇਹ ਮਾਲਟੇ, ਇਹ ਦੇਖੋ ਇਹ ਖਰਬੂਜ਼ੇ, ਸੇਬ, ਇਹ ਕੁਆਲਿਟੀ ਦੇਖੋ ਜਨਾਬ, ਇਹ ਦੇਖ ਲਓ। ਇਹ ਮੈਂ ਤੁਹਾਨੂੰ ਇੱਕ ਸ਼ਾਪ ਦੀ ਹਾਲਤ ਦਿਖਾ ਰਿਹਾ ਵਾਂ। ਅਲਹਮਦੁਲਿਲਾ ਇਹ ਇੰਤਹਾਈ ਸਟੈਂਡਰਡ ਦੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ, ਇਹ ਦੇਖੋ ਕੁਆਲਿਟੀ ਦਾ ਅੰਦਾਜ਼ਾ ਲਾਓ ਤੁਸੀਂ ਜਨਾਬ। ਇਹ ਸਾਰਾ ਮੈਂ ਸਮਝਣਾ ਕਿ ਆਵਾਮ ਦਾ ਉੱਥੇ ਕਸੂਰ ਹੈ ਕਿ ਜਿਹੜੇ ਫਿਰ ਆ ਜਾ ਕੇ ਮੁੜ ਮੁੜ ਅਸੀਂ ਉਹਨਾਂ ਨੂੰ ਵੀ ਵੋਟਾਂ ਦਿੰਦੇ ਹਾਂ, ਉਹਨਾਂ ਨੂੰ ਹੀ ਚੁਣਨੇ ਹਾਂ, ਅਤੇ ਜੇ ਸਾਨੂੰ ਕੋਈ ਨਵੀਂ ਚੋਇਸ ਮਿਲੇ ਤਾਂ ਉਸ ਸਾਲ ਅਸਾਂ ਕਦੇ ਤਵੱਜੋ ਹੀ ਨਹੀਂ ਦਿੱਤੀ। ਅਤੇ ਬਸ ਇਹ ਦੇਖ ਲਓ, ਇਹ ਜਨਾਬ ਫਰੂਟ ਔਰ ਸਬਜ਼ੀ ਸੀ, ਬਾਕੀ ਹੈ ਸਾਰੇ ਹੁਣ ਚੁੱਕੇ ਤੁਹਾਨੂੰ, ਬਾਕੀ ਹੈ ਸਾਰਾ ਸਿਲਸਿਲਾ ਜਿਹੜਾ। ਇਹ ਦੇਖੋ ਕਿਸ ਤਰ੍ਹਾਂ ਇਹ ਸਾਰੇ ਜਿਹੜੇ ਨਾ ਤੁਹਾਨੂੰ ਆਇਲ ਦੀਆਂ ਕਿਸਮਾਂ, ਓਲਿਵ ਆਇਲ, ਪਾਸਤੇ, ਜਿਤਨਾ ਵੀ ਯਾਨੀ ਕਿ ਮਟੀਰੀਅਲ ਹੈ, ਦੁਕਾਨ ਦੀ ਬਣਤਰ ਦੇਖ ਲਓ, ਅਤੇ ਦੁਆਵਾਂ ਯਾਦ ਰੱਖੇ ਅੱਲਾਹ ਤਾਲਾ।